ਜ਼ਿਲ੍ਹਾ ਮੋਗਾ ਦੇ ਪਿੰਡ ਤੋਤਾ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਪੱਖਾ ਚੱਲ ਰਿਹਾ ਸੀ। ਪੱਖਾ ਪਲਾਸਟਿਕ ਦਾ ਹੋਣ ਕਾਰਨ ਇਸ ਵਿੱਚ ਅੱਗ ਲੱਗ ਗਈ ਤੇ ਜ਼ਮੀਨ ਤੇ ਪਏ ਮੈਟ ਨੂੰ ਵੀ ਅੱਗ ਲੱਗ ਗਈ, ਜਿਸ ਤੋਂ ਬਾਅਦ ਪੀੜਾ ਸਾਹਿਬ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਅਗਨੀ ਪੇਂਟ ਹੋ ਗਏ। ਇਹ ਮਤਭਾਗੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ। ਜਿਵੇਂ ਹੀ ਪਿੰਡ ਵਾਸੀਆਂ ਨੂੰ ਇਸ ਹਾਦਸੇ ਦਾ ਪਤਾ ਲੱਗਿਆ, ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਅਤੇ DSP ਜਗਜੀਤ ਸਿੰਘ ਰੰਧਾਵਾ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਅੱਗ ਲੱਗਣ ਦੇ ਕਾਰਨ ਦੀ ਜਾਂਚ ਕੀਤੀ। ਬੜੇ ਹੀ ਦੁਖੀ ਹਿਰਦੇ ਨਾਲ ਇਹ ਗੱਲ ਕਹਿਣ ਨੂੰ ਵੀ ਦਿਲ ਨਹੀਂ ਕਰ ਰਿਹਾ ਕਿ ਅੱਜ ਪਿੰਡ ਤੋਤਾ ਸਿੰਘ ਵਾਲਾ, ਜੋ ਇਹ ਡਿਸਟ੍ਰਿਕਟ ਮੋਗਾ ਵਿੱਚ ਪੈਂਦਾ, ਸਾਨੂੰ ਥੋੜ੍ਹੀ ਦੇਰ ਪਹਿਲਾਂ ਫੋਨ ਗਿਆ ਕਿ ਇੱਥੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ਆ। ਅਸੀਂ ਇੱਥੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਜੋ CCTV ਕੈਮਰੇ ਰਾਹੀਂ ਪਤਾ ਲੱਗਾ ਕਿ ਇਹ ਪਾਵਨ ਸਰੂਪ ਜਿਹੜੇ ਆ ਸਰਕਟ ਸ਼ਾਰਟ ਹੋਣ ਕਰਕੇ ਹੋਏ ਆ। ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ ਨੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੇ, ਉੱਥੇ ਖਾਸ ਕਰਕੇ ਸਭ ਤੋਂ ਪਹਿਲਾਂ ਵਾਇਰਿੰਗ ਜਿਹੜੀ ਹੈ ਉਹਦੇ ਤੋਂ ਸੁਚੇਤ ਹੋਣ, ਕਿਉਂਕਿ ਅਜਿਹੀਆਂ ਘਟਨਾ ਵਾਪਰਨੀਆਂ ਦਿਲ ਨੂੰ ਲੂੰਦਰਨ ਵਾਲੀ ਗੱਲ ਆ। ਔਰ ਅਸੀਂ ਇਸ ਗੱਲ ਤੋਂ ਖਾਸ ਕਰਕੇ ਅਸੀਂ ਆਪਣੇ ਘਰਾਂ ਪ੍ਰਤੀ, ਹੋਰਨਾਂ ਕੰਮਾਂ ਪ੍ਰਤੀ ਬਹੁਤ ਸੁਚੇਤ ਹੋ ਚੁੱਕੇ ਹਾਂ, ਲੇਕਿਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਜੇ ਹੀ ਉਹਨੇ ਸੁਚੇਤ ਨਹੀਂ ਹੋ ਸਕੇ। ਲੋੜ ਹੈ ਕਿ ਇਸ ਗੱਲ ਦੀ ਸੁਚੇਤ ਹੋਣ ਦੀ, ਸੁਚੇਤ ਹੋ ਕੇ ਜਿੱਥੇ ਜਿੱਥੇ ਵੀ ਮੇਰੇ ਵੀਰ ਭਾਈ ਭੈਣਾਂ ਵੱਸਦੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭਾਵੇਂ ਕਿਸੇ ਨੇ ਘਰ ਵਿੱਚ ਪ੍ਰਕਾਸ਼ ਕੀਤਾ ਆ, ਭਾਵੇਂ ਕਿਸੇ ਨੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਆ, ਉੱਥੇ ਵਾਇਰਿੰਗ ਦਾ, ਪਲਾਸਟਿਕ ਦੇ ਪੱਖਿਆਂ ਦਾ, ਏਸੀਆਂ ਦਾ, ਜਿਹਨੂੰ ਵੀ ਜੇ ਅਸ ਉਹਨੂੰ ਪੂਰੇ ਸੁਚੇਤਤਾ ਸਹਿਰਤਾ ਦੇ ਨਾਲ ਵੇਖਿਆ ਜਾਵੇ। ਘਟਨਾ ਦੀ ਜਾਣਕਾਰੀ ਮਿਲਣ ਤੇ ਵਿਧਾਇਕ ਸੁਖਜੀਤ ਸਿੰਘ ਲੋਹਗੜ ਮੌਕੇ ਤੇ ਪਹੁੰਚ ਗਏ। ਬਹੁਤ ਹੀ ਮੰਦਭਾਗੀ ਆ, ਇਹਦੇ ਨਾਲ ਸਾਡੇ ਸਾਰਿਆਂ ਦੇ ਜਿਹੜੇ ਹਿਰਦੇ ਵਲੂੰਦਰੇ ਗਏ ਆ। ਪਰ ਜਿਹੜੀ ਅਚਨਚੇਤ ਘਟਨਾ ਇਹ ਵਾਪਰੀ ਹੈਗੀ ਆ, ਤਾਰਾਂ ਦੇ ਕੋਈ ਸ਼ਾਰਟ ਹੋ ਗਈਆਂ, ਸ਼ਾਰਟ ਹੋਣ ਦੇ ਨਾਲ ਜਿਹੜਾ ਇਹ ਮੰਦਭਾਗੀ ਘਟਨਾ ਜਿਹੜੀ ਵਾਪਰੀ। ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ, ਗਬਰੂ TV ਨਿਊਜ਼।